ਤੁਨੇ ਸਮਝਾਇਆ ਸੀ ਨਾ ਸਾਰਥਕ ਕੀ ਹੁੰਦਾ ਜਿਹਦਾ ਕੋਈ ਨਾ ਕੋਈ ਅਰਥ ਹੁੰਦਾ ਨਿਰਾਰਥਕ ਕੀ ਹੁੰਦਾ ਜਿਹਦਾ ਕੋਈ ਵੀ ਅਰਥ ਨਹੀਂ ਹੁੰਦਾ ਬੱਚਿਓ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੇ ਬੜਾ ਕੁਝ ਲਿਖਿਆ ਹੈ ਵੀ ਤੁਨੀ ਨੂੰ ਤਿੰਨ ਤਰੀਕਿਆਂ ਰਾਹੀਂ ਸਮਝਿਆ ਜਾ ਸਕਦਾ ਹੈ ਉਚਾਰ ਸੰਚਾਰ ਸ਼ਰਵਣੀ ਓਹੋ ਬੜੇ ਔਖੇ ਨੇ ਤਾਂ ਉਚਾਰ ਕੀ ਹੁੰਦਾ ਬੱਚਿਓ ਉਚਾਰ ਕੀ ਹੁੰਦਾ ਆਪਾਂ ਜਦੋਂ ਕੁਝ ਬੋਲਦੇ ਆ ਉਚਾਰਦੇ ਆ ਸੰਚਾਰ ਕਿਹੜੀ ਭਾਸ਼ਾ ਕਿਹੜੇ ਮਾਧਿਅਮ ਰਾਹੀਂ ਹੈ ਨਾ ਸ਼ਰਮਣੀ ਕੀ ਹੋ ਗਿਆ ਸੁਣਨਾ ਹੋ ਗਿਆ ਠੀਕ ਹੈ ਤੁਨੀ ਨੂੰ ਭਾਸ਼ਾ ਦੀ ਬੁਨਿਆਦੀ ਇਕਾਈ ਵੀ ਕਿਹਾ ਜਾਂਦਾ ਜ਼ਰੂਰੀ ਆਵਾਜ਼ ਨਹੀਂ ਹੋਊਗੀ ਤਾਂ ਭਾਸ਼ਾ ਕਿਵੇਂ ਬਣੂਗੀ ਤੁਨੀ ਭਾਸ਼ਾ ਇਸ ਰਚਨਾ ਦੀ ਛੋਟੀ ਤੋਂ ਛੋਟੀ ਇਕਾਈ ਹੈ ਦੇਖੋ ਤੁਨੀ ਨਾਲ ਹੀ ਮਤਲਬ ਭਾਸ਼ਾ ਸ਼ੁਰੂ ਹੁੰਦੀ ਹੈ ਠੀਕ ਹੈ ਕਿਉਂਕਿ ਤੁਹਾਨੂੰ ਸਮਝਾਇਆ ਸੀ ਇਹਨਾਂ ਨੂੰ ਸਜਾਉਣ ਵਾਸਤੇ ਥੋੜੇ ਜਿਹੇ ਇਹੋ ਜਿਹੇ ਸ਼ਬਦ ਵਰਤ ਲਏ ਜਾਂਦੇ ਨੇ ਆਦਰਵਾਇਸ ਬੱਚਿਓ ਨਹੀਂ ਤਾਂ ਇਹਨਾਂ ਦੇ ਵਿੱਚ ਕੁਝ ਨਹੀਂ ਹੁੰਦਾ ਠੀਕ ਹੈ ਭਾਸ਼ਾ ਅਤੇ ਧੁਨੀਆਂ ਦਾ ਕਾਰਜ ਅਹਿਮ ਹੈ। ਇਹ ਇੱਕ ਦੂਜੀ ਨਾਲ ਮਿਲ ਕੇ ਆਪਣੇ ਤੋਂ ਉੱਪਰਲੇ ਪੱਦਰ ਦੀਆਂ ਇਕਾਈਆਂ ਭਾਸ਼ਾ ਦਾ ਨਿਰਮਾਣ ਕਰਦੀਆਂ ਹਨ। ਬੱਚਿਓ, ਧੁਨੀਆਂ ਦੇ ਨਾਲ ਹੀ ਭਾਸ਼ਾ ਬਣਦੀ ਹੈ। ਠੀਕ ਹੈ? ਤੇ ਧੁਨੀਆਂ ਆਪਾਂ ਕਹਿ ਸਕਦੇ ਜਿਵੇਂ ਆ ਰਾਮ ਹੈ ਬੱਚਿਓ। ਹੁਣ ਆ ਰਾਮ ਪਲਿਕਤਾ। ਠੀਕ ਹੈ? ਪਰ ਰਾਮ ਬੱਚਿਓ ਨੂੰ ਬੋਲਣਾ ਕਾਹਦੇ ਨਾਲ ਜੇ ਸਵਰ ਹੋਣਗੇ ਧੁਨੀਆਂ ਹੋਣਗੇ ਜਿਵੇਂ ਰ ਆ ਮ ਠੀਕ ਹੈ? ਇੱਦਾਂ ਲਿਖਿਆ ਨਾ ਸੂਰਜ ਸੂ ਰ ਜ ਠੀਕ ਹੈ ਜੀ ਮੈਂ ਲਿਖਿਆ ਨਾ ਸੂ ਰ ਜ ਦੇਖੋ ਸ ਸੇ ਤੋਂ ਸੂਰਜ ਬਣਦਾ ਹੈ ਪਰ ਆਵਾਜ਼ ਪਿੱਛੇ ਕਾਦੀ ਆ ਰਹੀ ਹੈ ਉ ਦੀ ਸੂ ਰ ਜ ਠੀਕ ਹੈ ਔਰ ਅੱਗੇ ਲਿਖਿਆ ਪੂ ਸ ਤਕ ਪੁਸਤਕ ਠੀਕ ਹੈ ਪਾ ਰ ਤ ਜੀ ਮੈਂ ਅੱਖਰ ਤਾਂ ਹੈਗੇ ਨੇ ਅੱਖਰਾਂ ਦੇ ਪਿੱਛੇ ਪੁੱਤਰ ਜਿਹੜੀ ਆਵਾਜ਼ ਹੈ ਉਹੀ ਆਪਣੀਆਂ ਧੁਨੀਆਂ ਨੇ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਦੋ ਉਹਨਾਂ ਦੇ ਵਿੱਚ ਵੰਡ ਲਿਆ ਜਾਂਦਾ ਹਿੱਸਿਆਂ ਦੇ ਵਿੱਚ ਸਵਰ ਧੁਨੀਆਂ ਬੱਚਿਓ ਤੇ ਵਿਅੰਜਨ ਧੁਨੀਆਂ ਆਪਾਂ ਕਹਿੰਦੇ ਨਹੀਂ ਕਿ ਸੁਰ ਸੱਤ ਹੁੰਦੇ ਨੇ ਜੀ ਇਹ ਉਹਦੇ ਸੁਰ ਬੜੇ ਵਧੀਆ ਨੇ ਉਹਦੀ ਆਵਾਜ਼ ਬਹੁਤ ਅੱਛੀ ਹੈ ਬਹੁਤ ਸੁਣਾ ਗਵਾਉਂਦਾ ਹੈ ਫਲਾਣਾ ਬੰਦਾ ਹਨਾ ਸਵਰ ਸਵਰ ਮਤਲਬ ਕੀ ਹੁੰਦਾ ਬੱਚਿਓ ਆਵਾਜ਼ ਠੀਕ ਹੈ ਸਵਰ ਧੁਨੀਆਂ ਉਹਨਾਂ ਧੁਨੀ ਮਤਲਬ ਆਵਾਜ਼ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਆਉਂਦੀ ਹੈ ਦੇਖੋ ਬੱਚਿਓ ਆਪਾਂ ਤੁਸੀਂ ਸਾਹ ਅੰਦਰ ਲੈ ਕੇ ਦੇਖੋ ਤਾਂ ਆਪਾਂ ਕਦੀ ਨਹੀਂ ਬੋਲ ਸਕਦੇ ਹਮੇਸ਼ਾ ਜਦੋਂ ਆਪਾਂ ਸਾਹ ਬਾਹਰ ਕੱਢਾਂਗੇ ਉਦੋਂ ਹੀ ਬੋਲਿਆ ਜਾਂਦਾ ਹੈ ਨਾ ਤੇ ਸਾਹ ਕਿੱਥੋਂ ਆਉਂਦਾ ਆਪਣੇ ਫੇਫੜਿਆਂ ਚੋਂ ਫੇਫੜਿਆਂ ਚ ਜਿਹੜੀ ਆਵਾਜ਼ ਆਉਂਦੀ ਹੈ ਬੱਚਿਓ ਤਾਂ ਰੁਕਾਵਟ ਕਿਹੜੀ ਹੋਗੀ ਬੋਲਣ ਆਪਾਂ ਕਿੱਥੇ ਸ਼ੁਰੂ ਕਰਦੇ ਹਾਂ ਤੁਸੀਂ ਕਦੇ ਵੀ ਗਲ ਤੇ ਹੱਥ ਰੱਖੋਗੇ ਤਾਂ ਤੁਹਾਨੂੰ ਇੱਕ ਵਾਈਬ੍ਰੇਸ਼ਨ ਜੀ ਮਹਿਸੂਸ ਹੋਊਗੀ ਉਹੀ ਉਹੀ ਆਪਣੀ ਬੋਲਣ ਵਾਲੀ ਜਗਾ ਹੁੰਦੀ ਹੈ ਤਾਂ ਜਦੋਂ ਆਪਣੇ ਗਲ ਤੋਂ ਇਹ ਸ਼ੁਰੂ ਹੋ ਜਾਂਦੀ ਹੈ ਸੰਗ ਤੋਂ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਸੁਰ ਤੰਤੂ ਹੁੰਦੇ ਨੇ ਠੀਕ ਹੈ ਨਾ ਦੇ ਕਾਫੀ ਹਿੱਸਿਆਂ ਦੇ ਵਿੱਚ ਵੰਡੇ ਗਏ ਨੇ ਪਰ ਇਹ ਤੁਸੀਂ ਅੱਗੇ ਜਾ ਕੇ ਸਾਰਾ ਕੁਝ ਪੜਨਾ ਹੈ ਪਰ ਫਿਲਹਾਲ ਆਪਾਂ ਸਿਰਫ ਇਹ ਰੱਖਣਾ ਵੀ ਉਸ ਤੋਂ ਬਾਅਦ ਗਲੇ ਦੀ ਰੁਕਾਵਟ ਆਉਂਦੀ ਹੈ ਹਲਕ ਦੀ ਆਉਂਦੀ ਹੈ ਤਾਲੂਏ ਦੀ ਆਉਂਦੀ ਹੈ ਠੀਕ ਹੈ ਜੀਭ ਦੀ ਰੁਕਾਵਟ ਆਉਂਦੀ ਹੈ ਦੰਦਾਂ ਦੀ ਆਉਂਦੀ ਹੈ ਮਤਲਬ ਹਵਾ ਜਿਹੜੀ ਆਉਂਦੀ ਹੈ ਤਾਂ ਤੁਸੀਂ ਦੇਖਿਓ ਵੀ ਆਪਣੀ ਜੀਬ ਬੋਲਦੇ ਸਮੇਂ ਆਪਾਂ ਨੂੰ ਮਹਿਸੂਸ ਹੋ ਗਈ ਵੀ ਲਗਾਤਾਰ ਉਹ ਕਦੇ ਉੱਪਰ ਤਾਲੂਏ ਦੇ ਨਾਲ ਲੱਗ ਰਹੀ ਹੈ ਅਗਰ ਆਪਾਂ ਧਿਆਨ ਦੇਵਾਂਗੇ ਹਨਾ ਜਿਹੜੇ ਲੋਕਾਂ ਦੀ ਜੀਬ ਕੱਟੀ ਗਈ ਹੁੰਦੀ ਹੈ ਜਾਂ ਨਹੀਂ ਹੁੰਦੀ ਬੱਚੇ ਉਹਨਾਂ ਨੂੰ ਬੋਲਣ 'ਚ ਸਮੱਸਿਆ ਆਉਂਦੀ ਹੈ ਕਿਉਂਕਿ ਇਹਨਾਂ ਵਾਸਤੇ ਵੀ ਰੁਕਾਵਟ ਜ਼ਰੂਰੀ ਹੈ ਹਨਾ ਪਰ ਸਵਾਰ ਹੁੰਦੇ ਨੇ ਵੀ ਜਿਹੜੀ ਆਪਣੀ ਹਵਾ ਬਾਹਰ ਆ ਰਹੀ ਹੈ ਫੇਫੜਿਆਂ ਦੇ ਰਾਹੀਂ ਬੱਚੇ ਉਹਦੇ ਵਿੱਚ ਰੁਕਾਵਟ ਨਹੀਂ ਆਉਂਦੀ ਇਨਾਂ ਨੂੰ ਬੋਲਣ ਲਈ ਵੀ ਬਹੁਤ ਘੱਟ ਸਮਾਂ ਲੱਗਦਾ ਹੈ ਬੱਚਿਓ ਠੀਕ ਹੈ ਤਾਂ ਆਪਾਂ ਦੇਖਿਆ ਵੀ ਇਹਦੇ ਵਿੱਚ ਕੁੱਲ 10 ਸਵਰ ਤੁਨੀਆਂ ਹਨ ਕਿੰਨੀਆਂ ਨੇ 10 ਸਵਰ ਤੁਨੀਆਂ ਨੇ ਕਿਹੜੀਆਂ ਕਿਹੜੀਆਂ ਤੁਸੀਂ ਛੋਟੇ ਹੁੰਦੇ ਮਹਾਰਨੀ ਦੇ ਵਿੱਚ ਪੜਿਆ ਹੋਇਆ ਹੈ ਬੇਟੇ ਅ ਆ ਈ ਈ ਉ ਉ ਐ ਏ ਓ ਔ ਠੀਕ ਹੈ ਅ ਆ ਈ ਈ ਉ ਉ ए अ उ ओ ठीक है बच्चों इस तरह ਇਹ ਬਿਨਾ ਕਿਸੇ ਰੁਕਾਵਟ ਦੇ ਉਚਾਰੀਆਂ ਜਾਂਦੀਆਂ ਹਨ ਫਿਰ ਵੀ ਇਹਨਾਂ ਦੇ ਉਚਾਰਨ ਵਿੱਚ ਜੀਭ ਦੀ ਖਾਸ ਭੂਮਿਕਾ ਹੈ ਕਿਉਂਕਿ ਉਸ ਸਮੇਂ ਜੀਭ ਦੀ ਸਥਿਤੀ ਕਈ मतलब ਗ੍ਰੈਂਡ ਕਰਦੀ ਹੈ ਜਿਵੇਂ ਕਿ ਕਦੇ ਜੀਭ ਉੱਚੀ ਅਵਸਥਾ ਦੇ ਵਿੱਚ ਹੁੰਦੀ ਹੈ ਕਦੇ ਆਧੁੱਚੀ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਬੱਚਿਓ ਕਦੇ ਬੁੱਲ ਗੁਲਾਈ ਦੇ ਵਿੱਚ ਹੋ ਜਾਂਦੇ ਨੇ ਠੀਕ ਹੈ ਕਦੇ ਗੁਲਾਈ ਰੈਤ ਹੋ ਜਾਂਦੇ ਨੇ ਜਿਹੜਾ ਸਾਹ ਦਰਵਾ ਰਿਹਾ ਹੁੰਦਾ ਕਿਸੇ ਧੁਨੀ ਦੇ ਉਚਾਰਨ ਵੇਲੇ ਘੱਟ ਲੱਗਦਾ ਹੈ ਕਿਸੇ ਵੇਲੇ ਵੱਧ ਜਿਵੇਂ ਅ ਆ ਠੀਕ ਹੈ ਦੇਖਿਆ ਨਾ ਕੋਈ ਸਮਾਂ ਜ਼ਿਆਦਾ ਲੱਗਦਾ ਜਿਹੜਾ ਸਮਾਂ ਜ਼ਿਆਦਾ ਲੱਗਦਾ ਘੱਟ ਲੱਗਦਾ ਬੱਚਿਓ ਉਹਨਾਂ ਨੂੰ ਆਪਾਂ ਕਹਿੰਦੇ ਲਘੂ ਧੁਨੀਆਂ ਹੁੰਦੀਆਂ ਨੇ ਤੇ ਕਿਹੜੀਆਂ ਹੁੰਦੀਆਂ ਨੇ ਦੀਰਘ ਧੁਨੀਆਂ ਦੀਰਘ ਧੁਨੀਆਂ ਲਘੂ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਬੱਚਿਓ ਲਘੂ ਮਤਲਬ ਕੀ ਹੁੰਦਾ ਛੋਟਾ ਜਿਹਨੂੰ ਬੋਲਣ ਵੇਲੇ ਆਪਾਂ ਨੂੰ ਕੀ ਲੱਗਦਾ ਘੱਟ ਸਾਹ ਠੀਕੇ ਘੱਟ ਸਮਾਂ ਲੱਗਦਾ ਹੈ ਉਹ ਕੀ ਹੁੰਦਾ ਪੁੱਤਰ ਲਘੂ ਧੁਨੀਆਂ ਦੀਰਘ ਧੁਨੀਆਂ ਕੀ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਬੋਲਣ ਸਮੇਂ ਬਹੁਤਾ ਸਮਾਂ ਲੱਗਦਾ ਹੈ ਬੱਚਿਓ ਉਹ ਕਿਹੜੀਆਂ ਹੁੰਦੀਆਂ ਨੇ ਦੀਰਘ ਧੁਨੀਆਂ ਹੁੰਦੀਆਂ ਨੇ ਠੀਕੇ ਪੰਜਾਬੀ ਵਿੱਚ ਊੜਾ ਊੜੇ ਨੂੰ ਔਕੜ ਐੜਾ ਤੇ ਈੜੀ ਨੂੰ ਸਿਆਰੀ ਮਤਲਬ ਇਹ ਦਾ ਅੱਖਰ ਹੋ ਗਿਆ ਨਾ ਆਪਾਂ ਬੋਲਣਾ ਕਿਵੇਂ ਆ ਉਹ ਅ ਈ ਠੀਕ ਹੈ ਨਾ ਬਾਕੀ ਸਾਰੇ ਨੂੰ ਬੋਲ ਕੇ ਦੇਖ ਲਓ ਦਸ ਹੁੰਦੇ ਨੇ ਬੱਚਿਓ ਹਨਾ ਸਵਾਰਾ ਤੇ ਬਾਕੀ ਸਾਰੇ ਕੀ ਹੋਣਗੇ ਉਹ ਦੀर्घ ਹੋਣਗੇ ਆਮ ਤੌਰ ਤੇ ਦੀर्घ ਕਿਹੜੇ-ਕਿਹੜੇ ਨੇ ਆ ਈ ਊ ਏ ਐ ਓ ਠੀਕ ਹੈ ਬੱਚਿਓ ਇਹ ਵਾਲੇ ਸਾਰੇ ਦੀर्घ ਨੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਸਵਰ ਤੁਨੀਆਂ ਨੇ ਬੱਚਿਓ ਇਹ ਦੇਖਿਆ ਜਾਵੇ ਤਾਂ ਸਮੇਂ ਦੇ ਆਧਾਰ ਤੇ ਦੋ ਹੁੰਦੀਆਂ ਨੇ ਲਘੂ ਤੇ ਦੀर्घ ਲਘੂ ਮਤਲਬ ਛੋਟਾ ਦੀर्घ ਮਤਲਬ ਜ਼ਿਆਦਾ ਜਿੰਝ ਜ਼ਿਆਦਾ ਸਮਾਂ ਲੱਗਦਾ ਠੀਕ ਹੈ ਆਹ ਇਹ ਤਿੰਨ ਹੁੰਦੀਆਂ ਨੇ ਲੱਗੂ ਕਿਹੜੀਆਂ-ਕਿਹੜੀਆਂ ਊੜੇ ਨੂੰ ਔਂਕੜ ਐੜਾ ਮਤਲਬ ਉ ਅ ਈ ਠੀਕ ਹੈ ਤੇ ਦੀਰਗ ਕਿਹੜੀਆਂ ਹੁੰਦੀਆਂ ਨੇ ਆ ਠੀਕ ਹੈ ਮਾਫ ਕਰਨਾ ਬੱਚੋ ਦੀਰਗ ਕਿਹੜੀਆਂ ਹੁੰਦੀਆਂ ਨੇ ਆ ਈ ਉ ਐ ਆ ਓ ਔ ਠੀਕ ਹੈ ਸੋ ਇਹ ਸਾਰੀਆਂ ਦੀਰਗ ਹੁੰਦੀਆਂ ਨੇ ਹੁਣ ਆਪਾਂ ਦੇਖੀਏ ਵਿਅੰਜਨ ਤੁਨੀਆਂ ਕਿਹੜੀਆਂ ਹੁੰਦੀਆਂ ਨੇ ਬੱਚੋ ਵਿਆੰਜਨ ਉਹ ਤੂ ਨਹੀਂ ਹੁੰਦੀ ਹੈ ਜਿਸ ਨੂੰ ਉਚਾਰਨ ਵੇਲੇ ਉਚਾਰਨ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜਾ ਜਿਹਾ ਰੁਕਣਾ ਪੈਂਦਾ ਹੈ ਰੁਕਣਾ ਕਿੱਥੇ ਪੈਂਦਾ ਹੈ ਜਿਵੇਂ ਆਪਾਂ ਦੇਖਿਆ ਸੀ ਆਪਣੇ ਗਲੇ 'ਚ ਰੁਕਾਵਟ ਹੋਊਗੀ ਠੀਕ ਹੈ ਤੇ ਤਾਲੂਏ ਨਾਲ ਜੀਭ ਲੱਗੂਗੀ ਦੰਦਾਂ ਨਾਲ ਇਸ ਤਰ੍ਹਾਂ ਥੋੜੀ ਥੋੜੀ ਰੁਕਾਵਟ ਹੁੰਦੀ ਹੈ ਬੱਚਿਓ ਉਹਨਾਂ ਨੂੰ ਕੀ ਕਹਿੰਦੇ ਆ ਵਿਅੰਜਨ ਠੀਕ ਹੈ ਕੀ ਕਹਿੰਦੇ ਆਪਾਂ ਉਹਨਾਂ ਨੂੰ ਵਿਅੰਜਨ ਕਹਿੰਦੇ ਆ ਬੱਚਿਓ ਤਾਂ ਫਿਰ ਹੁਣ ਆਪਾਂ ਦੇਖਦੇ ਹਾਂ ਵੀ ਵਿਅੰਜਨ ਇਹ ਸਾਰਾ ਜਿਹੜਾ ਸਾਰਣੀ ਬਣੀ ਹੋਈ ਐ ਕੰਠੀ ਹੁੰਦੀ ਹੈ ਜੀ ਬੱਚਿਓ ਕੰਠੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਬੱਚਿਓ ਕੰਠੀ ਆਵਾਜ਼ ਕਿਹੜੀ ਹੁੰਦੀ ਹੈ ਕੰਠ ਪਤਾ ਨਾ ਤੁਹਾਨੂੰ ਗਲੇ ਦਾ ਉਹ ਖਾਲੀ ਜਿਹਾ ਹਿੱਸਾ ਜਿੱਥੇ ਤੁਸੀਂ ਉਂਗਲ ਰੱਖ ਕੇ ਦੇਖੋਗੇ ਤਾਂ ਤੁਹਾਨੂੰ ਵਾਈਬ੍ਰੇਸ਼ਨ ਆਉਗੀ ਠੀਕ ਹੈ ਇਸ ਤਰ੍ਹਾਂ ਉਹ ਕੰਠੀ ਹੁੰਦੀਆਂ ਨੇ ਜਿਵੇਂ ਕਕਾ ਖਖਾ ਗੱਗਾ ਤੇ ਅੰਗਾ ਠੀਕ ਹੈ ਜਦ ਤੁਸੀਂ ਇਹਨਾਂ ਤੇ ਹੱਥ ਲਾਉਂਗੇ ਹੱਥ ਰੱਖੋਗੇ ਤਾਂ ਆਵਾਜ਼ ਇੱਥੋਂ ਤੋਂ ਨੂੰ ਵਾਈਬ੍ਰੇਸ਼ਨ ਗਲੇ ਚ ਆਉਗੀ। ਇਹਦਾ ਮਤਲਬ ਇਹ ਹੈ ਵੀ ਇਹ ਗਲੇ ਚ ਇਹਨਾਂ ਦਾ ਉਚਾਰਨ ਹੁੰਦਾ। ਅੱਗੇ ਆ ਕੇ ਬੱਚੋ ਤਾਲਵੀ ਤਾਲਵੀ ਕਿਹੜੀਆਂ ਹੁੰਦੀਆਂ ਨੇ? ਚ, ਛ, ਜ, ਝ, ਜ਼, ਣ, ਣ, ਸ, ਸੇ ਪਰ ਬਿੰਦੀ, ਸ਼, ਯ। ਠੀਕ ਹੈ ਚ, ਛ, ਜ, ਝ, ਜ਼, ਣ, ਣ, ਸ, ਸੇ ਪਰ ਬਿੰਦੀ, ਸ਼ ਤੇ ਯ। ਠੀਕ ਹੈ ਉਲਟ ਜੀਵੀ ਟੈਂਕਾ, ਠਠਾ, ਡੱਡਾ, ਨਾਣਾ

ਸੋ ਇਹ ਨਹੀਂ ਦੇਖੋ ਬੱਚੇ ਵਿਆਕਰਨ ਆਪਾਂ ਸਿੱਖਣਾ ਸਭ ਤੋਂ ਪਹਿਲਾਂ ਆਪਾਂ ਨੂੰ ਗੁਰਮੁਖੀ ਲਿਪੀ ਆਉਣੀ ਚਾਹੀਦੀ ਹੈ ਠੀਕ ਹੈ ਤੇ ਜਿਹਦੇ ਗੁਰਮੁਖੀ ਪੂਰੀ ਦੀ ਪੂਰੀ ਲਿਪੀ ਦੇ ਵਿੱਚ ਊੜਾ ਐੜਾ ਈੜੀ ਦੇਖੋ ਸਵਰ ਵਾਹਕ ਨੇ ਬੱਚਿਓ ਹਾਂਜੀ ਪਿਆਰੇ ਬੱਚਿਓ ਤੁਹਾਡੀ ਆਸਾਨੀ ਲਈ ਮੈਂ ਇੱਕ ਛੋਟਾ ਜਿਹਾ ਚਾਰਟ ਬਣਾਇਆ ਹੈ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਵੀ ਲਘੂ ਸਵਰ ਕਿਹੜੇ ਹੁੰਦੇ ਨੇ ਤੇ ਸਵਰ ਕਿੰਨੇ ਹੁੰਦੇ ਨੇ ਸੌਖਾ ਹੈ ਬਿਲਕੁਲ ਦੇਖੋ ਬੱਚੇ ਜਿਵੇਂ ਆਪਾਂ ਨੂੰ ਪਤਾ ਵੀ ਊੜਾ ਐੜਾ ਤੇ ਈੜੀ ਇਹ ਕੀ ਨੇ ਆਪਣੇ ਸਵਰਵਾਹਕ ਨੇ ਇਹ ਸਵਾਰਾਂ ਨੂੰ ਸਿੰਪਲ ਸਧਾਰਨ ਭਾਸ਼ਾ ਦੇ ਵਿੱਚ ਕਹਿੰਦੇ ਆਪਾਂ ਬੱਚੇ ਚਲਾਉਂਦੇ ਨੇ ਠੀਕ ਹੈ ਇਹਨਾਂ ਦੇ ਨਾਲ ਹੀ ਸਾਰੇ ਸਵਰ ਬਣਦੇ ਨੇ ਊੜਾ ਐੜਾ ਤੇ ਈੜੀ ਦੇ ਨਾਲ ਬੱਚਿਓ ਠੀਕ ਹੈ ਦੇਖੋ ਊੜੇ ਦੇ ਨਾਲ ਕਿਹੜੇ ਆਗੇ ਊੜੇ ਨੂੰ ਔਂਕੜ ਆਪਾਂ ਤੁਹਾਨੂੰ ਦੱਸਿਆ ਹੈ ਨਾ ਇਹ ਲਗਾ ਮਾਤਰਾਵਾਂ ਹੁੰਦੀਆਂ ਨੇ ਊੜੇ ਨੂੰ ਦਲੈਂਕੜ ਊ ਉ ਓ ਠੀਕ ਹੈ ਇਹ ਆ ਗਏ ਬੱਚਿਓ ਫਿਰ ਐੜੇ ਦੇ ਨਾਲ ਅ ਆ ਔ ਤੇ ਐ ਠੀਕ ਹੈ ਬੱਚਿਓ ਤੇ ਈੜੀ ਦੇ ਨਾਲ ਈੜੀ ਨੂੰ ਸਿਹਾਰੀ ਆਪਾਂ ਕਹੀਏ ਈ ਈ ਐ ਠੀਕ ਹੈ ਸੋ ਬੱਚਿਓ ਇਹ ਸਾਰੇ ਆਪਣੇ ਸਵਰਨੇ 10 ਹੋ ਗਏ ਦੇਖੋ ਊੜੇ ਕੋਲ ਤਿੰਨ ਸਵਰਨੇ ਤੇ ਈੜੀ ਕੋਲ ਤਿੰਨ ਸਵਰਨੇ ਤੇ ਐੜਾ ਸਭ ਤੋਂ ਚਲਾਕ ਹੈ ਇਹਦੇ ਕੋਲ ਕਿੰਨੇ ਆ ਗਏ 4 ਠੀਕ ਹੈ ਊੜੇ ਕੋਲ ਤਿੰਨ ਨੇ ਐੜੇ ਕੋਲ ਚਾਰ ਨੇ ਤੇ ਈੜੀ ਕੋਲ ਤਿੰਨ ਨੇ ਊੜੇ ਤੇ ਈੜੀ ਕੋਲ ਤਿੰਨ-ਤਿੰਨ ਸਵਰ ਨੇ ਤੇ ਠੀਕ ਹੈ ਐੜੇ ਦੇ ਕੋਲ ਕਿੰਨੇ ਨੇ ਚਾਰ ਇਸ ਤਰ੍ਹਾਂ ਇਹ ਕਿੰਨੇ ਬਣ ਗਏ ਬੱਚਿਓ 10 ਹੁਣ ਆਪਾਂ ਨੂੰ ਜੇ ਆਪਾਂ ਉਂਝ ਯਾਦ ਕਰਦੇ ਮੁਹਾਰਨੀ ਨਾਲ ਕੀਤਾ ਤਾਂ ਬਹੁਤ ਵਧੀਆ ਹੈ ਨਾ ਅਗਰ ਆਪਾਂ ਨੂੰ ਨਹੀਂ ਸਮਝ ਆਇਆ ਹੈਗਾ ਤਾਂ ਇਦਾਂ ਕਰ ਸਕਦੇ ਹਾਂ ਊੜਾ ਐੜਾ ਤੇ ਈੜੀ ਦੇ ਰਾਹੀਂ ਊੜੇ ਊੜੇ ਕੋਲ ਆਪਣੇ ਤਿੰਨ ਨੇ ਬੱਚਿਓ ਐੜੇ ਦੇ ਕੋਲ ਆਪਣੇ ਕੋਲ ਚਾਰ ਨੇ ਈੜੀ ਦੇ ਕੋਲ ਕਿੰਨੇ ਨੇ ਆਪਣੇ ਕੋਲ ਤਿੰਨੇ ਨੇ ਠੀਕ ਹੈ ਬੱਚਿਓ ਤਾਂ ਜਿਹੜੇ ਅੱਗੇ ਆਪਾਂ ਦਾਇਰਾ ਲਗਾਇਆ ਹੈ ਹੈਨਾ ਗੋਲ ਚੱਕਰ ਲਗਾਇਆ ਹੈ ਉਹ ਊੜਾ ਊੜੇ ਨੂੰ ਅੰਕੜ ਉ ਅ ਤੇ ਈੜੀ ਨੂੰ ਸਿਆਰੀ ਈ ਠੀਕ ਹੈ ਇਹ ਕਿਹੜੀ ਲੱਗੂ ਨੇ ਮਤਲਬ ਦਸਾਂ ਦੇ ਵਿੱਚੋਂ ਤਿੰਨ ਲੱਗੂ ਸਵਾਰਨੇ ਬੱਚਿਓ ਤੇ ਦਸਾਂ ਚੋਂ ਤਿੰਨ ਗਏ ਕਿੰਨੇ ਬਚ ਗਏ 7 ਬਾਕੀ 7 ਕਿਹੜੇ ਨੇ ਬੱਚਿਓ ਇਹ ਸਾਰੇ ਪਿਛਲੇ ਇਹ ਦੀਰਗ ਨੇ ਠੀਕ ਹੈ ਏ ਬੱਚਿਓ ਇੱਕ ਸਾਨ ਸੌਖਾ ਕਰਨ ਵਾਸਤੇ ਸਵਾਰਾਂ ਬਾਰੇ ਦੱਸਿਆ ਗਿਆ ਸੀ ਇਹ ਸਾਰਿਆਂ ਨੂੰ ਤੁਸੀਂ ਇੱਕ ਵਾਰ ਦਿਮਾਗ 'ਚ ਬਿਠਾ ਲੋਗੇ ਤਾਂ ਤੁਹਾਨੂੰ ਕਦੀ ਨਹੀਂ ਭੁੱਲਣਗੇ ਬੱਚਿਓ ਠੀਕ ਹੈ ਫਿਰ ਉਸ ਤੋਂ ਇਲਾਵਾ ਆਪਾਂ ਵਿਅੰਜਨਾਂ ਦੀ ਗੱਲ ਕੀਤੀ ਸੀ ਦੇਖੋ ਵਿਅੰਜਨਾਂ ਦੇ ਵਿੱਚ ਊੜਾ ਐੜਾ ਈੜੀ ਇਹ ਕੀ ਨੇ ਬੱਚਿਓ ਆਪਣੇ ਸਵਰਵਾਹਕ ਨੇ ਤੇ ਇਹਨਾਂ ਤੋਂ ਇਲਾਵਾ ਬੱਚਿਓ ਜਿਵੇਂ ਆਪਾਂ ਨੇ ਦੇਖਿਆ ਵੀ ਆ ਜਿਹੜੇ ਪਿਛਲੇ ਨੇ ਠੀਕ ਹੈ ਨਾ ਤੇ ਉਹ ਸਾਰੇ ਕੀ ਨੇ ਨਾਸਕੀ ਵਿਅੰਜਨ ਨੇ ਨਾਸਕੀ ਕੀ ਹੁੰਦਾ ਨਾਸਕੀ ਨੱਕ ਹਨ ਨੱਕ ਦੇ ਵਿੱਚੋਂ ਜਿੰਨਾ ਦੀ ਆਵਾਜ਼ ਆਉਂਦੀ ਹੈ ਪੁੱਤਰ ਨਾਸਕੀ ਉਹ ਕੀ ਹੋ ਗਿਆ ਆਪਣੇ ਨਾਸਕੀ ਵਿਅੰਜਨ ਠੀਕ ਹੈ ਕਿਹੜੇ ਕਿਹੜੇ ਨੇ ਉਹ ਠੀਕ ਹੈ ਅੰਗਾ ਯਈਆਂ ਨਾਣਾ ਨੰਨਾ ਮੰਮਾ ਠੀਕ ਹੈ ਪੰਜ ਆਪਣੇ ਨਾਸਕੀ ਵਿਅੰਜਨਨੀ ਠੀਕ ਹੈ ਬੱਚੋ ਇਹ ਨਵੀਨ ਵਰਗਾ ਸਾਰਾ ਇਹ ਬਾਦ ਦੇ ਵਿੱਚ ਆਏ ਨੇ ਜਦੋਂ ਆਪਣੇ ਮੁਗਲ ਆਏ ਸੀ ਉਰਦੂ ਫਾਰਸੀ ਭਾਸ਼ਾ ਆਪਣੇ ਆਈ ਸੀ ਉਦੋਂ ਬਣੇ ਸੀ ਪਰ ਜਿਹੜਾ ਲੱਲੇ ਪੈਰ ਬਿੰਦੀ ਹੈ ਜਿਵੇਂ ਪਟਿਆਲਾ ਲਈ ਹੈ ਨਾ ਪਟਿਆਲਾ ਹੋ ਗਿਆ ਬੱਚਿਓ ਆਪਾਂ ਬੋਲਦੇ ਕੀ ਹਾਂ ਪਟਿਆਲਾ ਠੀਕ ਹੈ ਇਹ ਬਾਦ ਦੇ ਵਿੱਚ ਆਪਾਂ ਸ਼ਾਮਿਲ ਕੀਤਾ ਇਸ ਬਾਰੇ ਆਪਾਂ ਅੱਗੇ ਪੜ੍ਹਾਂਗੇ ਬੱਚਿਓ ਬੱਚੇ ਲਿਪੀ ਬੋਧ ਦੇ ਵਿੱਚ ਅੱਗੇ ਹੈ ਕਿ ਇਹਨਾਂ ਵਿੱਚੋਂ ਅੰਗਾ ਯਈਆਂ ਨਾਣਾ ਨੰਨਾ ਤੇ ਮਮਾ ਨਾਸਕੀ ਵਿਅੰਜਨ ਹਨ ਜੋ ਕਿ ਸਮੇਂ ਦੇ ਵਿੱਚ ਘਗਾ ਝਜਾ ਟਡਾ ਤੱਦਾ ਤੇ ਪੱਬਾ ਵਿਅੰਜਨ ਧੁਨੀਆਂ ਲਿਖਤ ਵਿੱਚ ਤਾਂ ਮੌਜੂਦ ਹਨ ਪਰੰਤੂ ਬੋਲਚਾਲ ਦੀ ਭਾਸ਼ਾ ਵਿੱਚ ਉਹ ਲੋਪ ਹੋਣ ਕਰਕੇ ਇਹਨਾਂ ਨੂੰ ਵਿਅੰਜਨ ਧੁਨੀਆਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਜਗ੍ਹਾ ਸੁਰ ਨੇ ਲੈ ਲਈ ਹੈ ਜੇਕਰ ਅਸੀਂ ਕੰਗਾ ਲਿਖਦੇ ਹਾਂ ਤਾਂ ਘਗਾ ਨਹੀਂ ਆਪਾਂ ਕੀ ਵਰਤਦੇ ਹਾਂ ਬੱਚੋ ਗਗਾ ਕੰਗਾ ਠੀਕ ਹੈ ਚੇਤੇ ਰਹਿ ਕੀ ਜੋ ਕਿ ਪੰਜਾਬੀ ਭਾਸ਼ਾ ਦੇ ਵਿੱਚ ਅੰਗਾ ਜਈਆਂ ਨਾਣਾ ਡਾੜਾ ਤੇ ਲੱਲੇ ਪੈਰ ਬਿੰਦੀ ਧੁਰੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਇਹ ਪੇਪਰਾਂ ਦੇ ਵਿੱਚ ਵੀ ਆ ਜਾਂਦਾ ਕਿਹੜੀ ਕਿਹੜੀਆਂ ਨੇ ਇਹ ਠੀਕ ਹੈ ਅੰਗਾ ਜਈਆਂ ਨਾਣਾ ਡਾੜਾ ਤੇ ਲੱਲੇ ਪੈਰ ਬਿੰਦੀ ਪੰਜ ਨੇ ਇਹ ਠੀਕ ਹੈ ਬਾਕੀ ਇਹਨਾਂ ਧੁਨੀਆਂ ਦੀ ਜਿਹੜੀ ਵਰਤੋਂ ਹੈ ਹਨਾ ਇਹਨਾਂ ਦੀ ਬਹੁਤ ਘੱਟ ਅੰਗਾ ਤੇ ਯਈਆਂ ਧੁਨੀਆਂ ਬਹੁਤ ਘੱਟ ਗਿਆ ਇਹ ਗੁਰਬਾਣੀ ਵਿੱਚ ਅੱਖਰ ਮਿਲਦੇ ਨਹੀਂ ਇਸ ਤੋਂ ਇਲਾਵਾ ਯਈਆਂ ਤੇ ਵਾਵਾ ਇਹ ਜਿਹੜਾ ਬੱਚੋ ਇਹ ਦੋ ਦੁਨੀਆਂ ਨੇ ਵਿਅੰਜਨ ਦੁਨੀਆਂ ਨੇ ਜੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ ਜਿਵੇਂ ਗਿਆਨੀ ਇਹ ਇਹਦੀ ਜਗ੍ਹਾ ਤੇ ਆੜਾ ਪਾ ਲਈ ਆਪਾਂ ਗਿਆਨੀ ਸੁਆਮੀ ਸੁਆਮੀ ਹੈ ਨਾ ਇਸ ਕਾਰਨ ਇਹਨਾਂ ਦੁਨੀਆਂ ਨੂੰ ਅਰਧ ਸਵਰ ਦੁਨੀਆਂ ਆਖਿਆ ਜਾਂਦਾ ਹੈ ਸੋ ਬੱਚਿਓ ਇਹ ਸਨ ਆਪਣੀਆਂ ਸਾਰੀਆਂ ਦੁਨੀਆਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਹੋਈ ਧੁਨੀ ਬੋਧ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਬੱਚਿਓ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ